ਦੱਸੋ ਜੀ। ਇੱਕ ਪੰਜਾਬ ਦੀ ਸਾਈਡ ਜਨਾਨੀ ਆਉਂਦੇ ਨੇ, ਇੱਕ ਨਾਲ ਦੀ ਆਉਂਦੇ ਨੇ, ਇੱਕ ਸਿੰਘਣੀ ਆਉਂਦੇ ਨੇ, ਇੱਕ ਕਿੱਥੇ ਘਰ ਵਾਲੀ ਕਿੱਥੇ। ਸਭ ਦਾ ਪੰਜਾਬ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਟਲੀ ਦੇ ਬਟਨ ਨੂੰ ਵੀ ਦਬਾ ਦਿਓ ਨਵੀਆਂ ਲੇਟੈਸਟ ਵੀਡੀਓ ਦੇਖਣ ਵਾਸਤੇ। ਸਹੀ ਹੈ, ਬਹੁਤ ਪਿਆਰ ਦਿੱਤਾ ਤੁਹਾਨੂੰ, ਬੜਾ ਪਿਆਰ ਕੀਤਾ ਜੀ। ਤੇ ਇੰਤਜ਼ਾਮਾਤ ਕਿਵੇਂ ਦੇ ਨੇ, ਰੱਖ ਰਖਾਓ ਜਿਹੜਾ ਹੁੰਦਾ? ਇੰਤਜ਼ਾਮ ਵੀ ਬੜੇ ਸੋਹਣੇ ਨੇ ਜੀ, ਏਡੇ ਸੋਹਣੇ, ਜਿਵੇਂ ਘਰ 'ਚ ਆਪਣੇ ਪਰਿਵਾਰ 'ਚ ਬਹਿ ਕੇ ਖਾਣਾ ਖਾਂਦੇ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਹਾਂਜੀ, ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਅਵਤਾਰ ਸਿੰਘ। ਵਿਰਕ? ਵਿਰਕ, ਹਾਂ ਸਹੀ ਹੈ। ਅਤੇ ਤੁਸੀਂ ਇੰਡੀਆ 'ਚ ਕਿੱਥੇ ਰਹਿੰਦੇ ਹੋ, ਪੰਜਾਬ ਵਿੱਚ? ਅਸੀਂ ਹਰਿਆਣਾ ਸਟੇਟ ਬਣ ਗਏ, ਜ਼ਿਲ੍ਹਾ ਕੁਰਕਸ਼ੇਤਰ। ਹਾਂ ਸਹੀ ਹੈ। ਤਹਿਸੀਲ ਥਨੇਸਰ, ਪਿੰਡ ਬਜਗਾਵਾਂ। ਸਹੀ ਹੈ, ਸਹੀ। ਅਤੇ ਤੁਸੀਂ ਜੱਥੇ ਦੇ ਨਾਲ ਇੱਥੇ ਆਏ ਹੋਏ ਹੋ ਬਾਬੇ ਗੁਰੂ ਨਾਨਕ ਦੇ ਜਨਮ ਦਿਨ ਦੇ ਉੱਤੇ? ਜਨਮ ਦਿਨ 'ਤੇ। ਹਾਂ, ਅਤੇ ਤੁਹਾਡਾ ਜਿਹੜਾ ਵੀਜ਼ਾ ਸੀ, ਸਾਰਾ ਕੁਛ ਹੈ, ਆਸਾਨੀ ਨਾਲ ਲੱਗ ਗਿਆ ਤੁਹਾਡਾ? ਆਸਾਨੀ ਨਾਲ ਲੱਗ ਗਿਆ। ਹਾਂ, ਕਿਹਦੇ ਕੋਲੋਂ ਲਵਾਇਆ ਸੀ ਤੁਸੀਂ? ਉੱਥੇ ਕਮੇਟੀ ਹੈ ਸਾਡੀ ਜਿਹੜੀ, ਆਪਣੇ ਪੰਥ ਦੀ ਜੀ ਜੀ, ਅਕਾਲੀ ਦਲ ਦੀ। ਹਾਂਜੀ, ਉਹਨਾਂ ਲਾਇਆ, ਉਹਨਾਂ ਲਾਇਆ ਸੀ। ਸਹੀ ਹੈ, ਠੀਕ। ਅਤੇ ਵੀਜ਼ਾ ਜਿਹੜਾ ਆਸਾਨੀ ਨਾਲ ਲੱਗ ਗਿਆ ਫਿਰ? ਆਸਾਨੀ ਨਾਲ ਲੱਗ ਗਿਆ ਸੀ, ਅਤੇ ਟਾਈਮ ਦੇ ਟਾਈਮ ਮਿਲਦਾ, ਇੱਕ ਦਿਨ ਹੀ ਪਹਿਲੋਂ ਮਿਲਦਾ। ਹਾਂ, ਅਤੇ ਜਦੋਂ ਵੀਜ਼ਾ ਲੱਗਾ ਤਾਂ ਫਿਰ ਤੁਹਾਨੂੰ ਕਿੰਨੀ ਕੁ ਖੁਸ਼ੀ ਹੋਈ? ਖੁਸ਼ੀ ਹੋਈ ਇਸ ਸ਼ਾਇਦ, ਬਹੁਤ ਜ਼ਿਆਦਾ। ਸਹੀ, ਸਾਡਾ ਤਾਂ ਜਿਹੜੀ ਤਮੰਨਾ ਹੈ ਸਾਡੀ, ਆਪਣੀ, ਅਸੀਂ ਚਾਹੁੰਦੇ ਹਾਂ ਵੀ ਇਹ ਵਿਜੇ ਵਾਲਾ ਝੰਝਟ ਮੁੱਕ ਜਾਵੇ, ਅਤੇ ਅਸੀਂ ਦੋਵੇਂ ਘਰ ਆਪਣੀ ਇੱਕੋ ਹੀ ਇਕੱਠੇ ਥਾਂ 'ਤੇ ਆਉਣ ਜਾਣ ਆਸਾਨੀ ਹੋ ਜਾਵੇ। ਹਾਂਜੀ ਹਾਂਜੀ, ਸਹੀ, ਬੜੀ ਖੁਸ਼ੀ ਹੋਵੇ ਸਾਨੂੰ ਇੱਥੇ ਜਾ ਕੇ। ਹਾਂ ਸਹੀ ਹੈ। ਵੀ ਕੁਛ ਕਰਤਾਰਪੁਰ ਸਾਹਿਬ, ਇਮਰਾਨ ਖਾਨ। ਅਤੇ ਤੁਸੀਂ ਤੁਸੀਂ ਕਿੰਨਵੀਂ ਯਾਰ ਆਏ ਹੋ ਇੱਥੇ? ਮੈਂ ਤੀਜੀ ਵਾਰ ਆਇਆ। ਤੀਜੀ ਵਾਰ ਆਏ ਹੋ ਜੱਥੇ ਦੇ ਨਾਲ? ਅਤੇ ਫਿਰ ਜਦੋਂ ਤੁਸੀਂ ਮਤਲਬ ਉੱਧਰੋਂ ਇੰਡੀਆ 'ਚ ਟੁਰੇ ਅਤੇ ਅੰਮ੍ਰਿਤਸਰ ਤਾਂ ਹੀ ਤੁਸੀਂ ਫਿਰ ਜੱਥੇ ਦੇ ਨਾਲ ਆਏ ਸੋ ਜਾਂ ਫਿਰ ਆਪਣੇ ਤੌਰ ਆਪੋ ਆਪਣੀਆਂ ਬੱਸਾਂ 'ਤੇ ਜਾਂ ਟ੍ਰੇਨ 'ਤੇ ਜੀ, ਇਸ ਤਰ੍ਹਾਂ ਆਏ? ਅਤੇ ਵਾਗੇ ਤੋਂ ਅੱਗੋਂ ਫਿਰ ਜੇ ਤੁਸੀਂ ਪਾਕਿਸਤਾਨ ਆਏ, ਤੁਹਾਨੂੰ ਕਿਵੇਂ ਦਾ ਆ ਕੇ ਲੱਗਾ ਫਿਰ? ਬੜੀ ਖੁਸ਼ੀ ਲੱਗੀ, ਆਪਣੀ ਧਰਤੀ 'ਤੇ ਆਇਆ ਸਾਂ, ਪੁਰਖਾਂ ਦੀ ਧਰਤੀ ਹੈ। ਹਾਂਜੀ, ਪੁਰਖਾਂ ਦੀ ਧਰਤੀ ਸਾਡੀ। ਹਾਂਜੀ ਸਹੀ ਹੈ। ਅਤੇ ਫਿਰ ਤੁਸੀਂ ਜਦੋਂ ਪਾਕਿਸਤਾਨ 'ਚ ਆਏ ਤਾਂ ਫਿਰ ਸਭ ਤੋਂ ਪਹਿਲਾਂ ਤੁਸੀਂ ਕਿੱਥੇ ਗਏ? ਨਨਕਾਣਾ ਸਾਹਿਬ। ਪਹਿਲਾਂ ਨਨਕਾਣਾ ਸਾਹਿਬ ਗਏ ਸੋ ਤੁਸੀਂ? ਸਹੀ ਹੈ। ਅਤੇ ਕਿਵੇਂ ਦਾ ਰਿਹਾ ਸਾਰਾ ਜਿਹੜਾ ਉੱਥੇ ਜਾਣ ਤੱਕ ਦਾ? ਟ੍ਰੇਨ ਦੇ ਵਿੱਚ ਤੁਸੀਂ ਗਏ ਉੱਥੇ? ਹਾਂ, ਟ੍ਰੇਨ 'ਚ। ਅਤੇ ਕਿਵੇਂ ਦਾ ਰਿਹਾ ਸਾਰਾ ਕੁਛ ਜਿਹੜਾ ਉੱਥੇ ਜਾਣ ਦਾ ਸਫ਼ਰ ਸਾਰਾ ਕਿਵੇਂ ਰਿਹਾ? ਬਹੁਤ ਵਧੀਆ ਰਿਹਾ, ਬਹੁਤ ਸਾਨੂੰ ਇੱਥੋਂ ਦੇ ਆਵਾਮ ਨੇ ਬੜਾ ਜੀ ਆ ਕੇ ਵੈਲਕਮ ਕੀਤੀ। ਸਹੀ ਹੈ, ਬਹੁਤ ਪਿਆਰ ਦਿੱਤਾ ਤੁਹਾਨੂੰ, ਬੜਾ ਪਿਆਰ ਕੀਤਾ ਜੀ। ਅਤੇ ਇੰਤਜ਼ਾਮਾਤ ਕਿਵੇਂ ਦੇ ਨੇ, ਰੱਖ ਰਖਾਓ ਜਿਹੜਾ ਹੁੰਦਾ? ਇੰਤਜ਼ਾਮ ਵੀ ਬੜੇ ਸੋਹਣੇ ਨੇ ਜੀ, ਏਡੇ ਸੋਹਣੇ, ਜਿਵੇਂ ਘਰ 'ਚ ਆਪਣੇ ਪਰਿਵਾਰ 'ਚ ਬਹਿ ਕੇ ਫਿਰ ਖਾਣਾ ਖਾਂਦੇ ਆ। ਅਤੇ ਲੋਕ ਜਿਹੜੇ ਨੇ ਉਹ ਪਾਗਲਾ ਵਾਂਗ ਪਿਆਰ ਕਰਦੇ ਨੇ ਇੱਥੇ? ਹਾਂ, ਪਿਆਰ ਕਰਦੇ ਨੇ ਬੱਚੇ, ਛੋਟੇ ਬੱਚੇ, ਜਿਹੜਾ 2 ਸਾਲ ਦਾ ਬੱਚਾ ਜਿਹਨੂੰ ਸਮਝ ਹੈ ਵੀ ਇਹ ਉਦੋਂ ਆਏ ਨੇ। ਹਾਂਜੀ ਹਾਂਜੀ, ਉਹ ਵੀ ਵੈਲਕਮ ਕਰਦੇ ਨੇ, ਬੁੱਢਿਆਂ ਤੋੜੀ ਬੱਚੇ ਸਾਰੇ। ਹਾਂਜੀ ਬਿਲਕੁਲ ਬਿਲਕੁਲ ਸਹੀ ਹੈ। ਅਤੇ ਉਸ ਤੋਂ ਬਾਅਦ ਫਿਰ ਤੁਸੀਂ ਨਨਕਾਣੇ ਤੋਂ ਬਾਅਦ ਫਿਰ ਤੁਸੀਂ ਪੰਜਾ ਸਾਹਿਬ ਵੀ ਗਏ? ਪੰਜਾ ਸਾਹਿਬ ਗਏ। ਸਹੀ ਹੈ, ਠੀਕ। ਪੰਜਾ ਸਾਹਿਬ ਉੱਧਰ ਥੋੜ੍ਹਾ ਜਿਹਾ ਬਾਹਰ ਸਕਿਉਰਿਟੀ ਰੱਖਦੇ ਨੇ, ਨਹੀਂ ਨਿਕਲਣ ਦਿੰਦੇ। ਹਾਂਜੀ, ਅਤੇ ਟ੍ਰੇਨ ਦੇ ਵਿੱਚ ਤੁਹਾਡਾ ਤੁਸੀਂ ਪਿੱਛੋਂ ਗੁਜਰਾਂਵਾਲੇ ਦੇ ਹੋ ਅਤੇ ਤੁਹਾਡੇ ਪੁਰਖ ਜਿਹੜੇ ਨੇ, ਅਤੇ ਗੁਜਰਾਂਵਾਲੇ ਜਦੋਂ ਟ੍ਰੇਨ ਲੰਘੀ ਤਾਂ ਤੁਸੀਂ ਉਹ ਇਲਾਕਾ ਵੇਖਿਆ ਸੀ ਫਿਰ ਗੁਜਰਾਂਵਾਲੇ? ਰਾਤ ਸੀ ਉਦੋਂ ਦਾਦਾ ਵੇਖਦੇ, ਪਰ ਉਹ ਸਾਨੂੰ ਜਦੋਂ ਪਤਾ ਲੱਗ ਗਿਆ ਤਾਂ ਉਹ ਸਾਡੀ ਅੰਦਰ ਦੀ ਆਤਮਾ ਉਹਨੇ ਵੇਖ ਹੀ ਲਿਆ ਸੀ। ਹਾਂਜੀ ਹਾਂਜੀ, ਬਿਲਕੁਲ ਬਿਲਕੁਲ ਬਿਲਕੁਲ, ਸਾਡੇ ਪੁਰਖਾਂ ਦੇ ਇੱਥੇ ਪੈਰ ਲੱਗੇ ਹੋਏ, ਸਾਡੀ ਇੱਥੇ ਪੁਰਖ ਖੇਤੀਆਂ ਕਰਦੇ ਰਹੇ। ਹਾਂਜੀ ਬਿਲਕੁਲ ਬਿਲਕੁਲ ਸਹੀ। ਅਤੇ ਫਿਰ ਪੰਜਾਬ ਸਾਹਿਬ ਤੋਂ ਬਾਅਦ ਫਿਰ ਤੁਸੀਂ ਪਰਤ ਕੇ ਉੱਥੇ ਲਾਹੌਰ ਆਏ? ਪੰਜਾਬ ਸਾਹਿਬ ਤੋਂ ਲਾਹੌਰ। ਹਾਂ, ਅਤੇ ਜਿਵੇਂ ਉਹ ਦੱਸ ਰਹੇ ਨਾ ਕਿ ਮੈਨੂੰ ਫਿਰ ਬਾਪੂ ਗੱਲਾਂ ਦੱਸ ਲਾਹੌਰ ਦੀਆਂ, ਅਤੇ ਹੁਣ ਤੁਸੀਂ ਮੈਨੂੰ ਕਈ ਲਾਹੌਰ ਦੀਆਂ ਗੱਲਾਂ ਦੱਸੋ, ਤੁਹਾਨੂੰ ਲਾਹੌਰ ਕਿਵੇਂ ਦਾ ਲੱਗਿਆ? ਲਾਹੌਰ ਦਾ ਇੰਨਾ ਸਾਫ਼ ਸੁਥਰਾ ਸ਼ਹਿਰ, ਇੰਨਾ ਆਵਾਮ, ਇੰਨੀਆਂ ਪਾਰਕਾਂ। ਹਾਂਜੀ, ਜਿੱਥੇ ਵੀ ਜਾਈਏ ਸਫਾਈ ਹੈ ਬਿਲਕੁਲ ਜੀ ਜੀ। ਹਾਂ,
ਇੰਨੀ ਘਰ 'ਚ ਵੀ ਸਫਾਈ ਨਹੀਂ ਰੱਖ ਸਕਦੀ ਜਿੰਨੀ ਤੁਹਾਡੇ ਆਪਣੇ ਲਾਹੌਰ 'ਚ, ਕਿਵੇਂ ਦੀ ਮਤਲਬ ਜਿਹੜੀ ਇੱਥੋਂ ਲੋਕਾਂ ਦੀ ਬੋਲੀ ਉਹ ਤੁਹਾਨੂੰ ਕਿਵੇਂ ਦੀ ਲੱਗੀ? ਆਪਣੀ ਬੋਲੀ ਹੈ ਕਿ ਲੋਕਾਂ ਦੀ? ਉਹ ਤਾਂ ਸਾਡੇ ਪਰਿਵਾਰ ਦੀ ਬੋਲੀ ਹੈ, ਬਿਲਕੁਲ ਪਰਿਵਾਰਕ ਹੀ ਬੋਲੀ ਉਹ ਵੀ ਹੈ। ਅਤੇ ਲਾਹੌਰ ਦੇ ਵਿੱਚ ਘੁੰਮੇ ਫਿਰੇ ਤੁਸੀਂ ਕਿਸੇ ਥਾਂ ਦੇ ਉੱਤੇ? ਨਹੀਂ, ਹਾਲੇ ਤਾਂ ਅਸੀਂ ਗੁਰੂ ਘਰ ਦੇ ਦਰਸ਼ਨ ਕੀਤੇ ਨੇ, ਮੰਡੀ ਲੋਹਾ ਮਾਰਕੀਟ ਦੀ। ਹਾਂਜੀ, ਅਤੇ ਅੱਜ ਹੁਣ ਜਾਵਾਂਗੇ ਅਤੇ ਬੜਾ ਪਿਆਰ ਹੈ ਜਿਹੜੀ ਇੱਥੋਂ ਦਾ ਆਵਾਮ। ਅੱਛਾ, ਤੁਹਾਡੇ ਜਿਹੜੇ ਬਾਪੂ ਸਨ ਤੁਹਾਡੇ, ਅੱਬੇ ਹਰੀ, ਹਾਂ, ਕੀ ਨਾਂ ਸੀ ਉਹਨਾਂ ਦਾ? ਉਹਨਾਂ ਦਾ ਸਰਦਾਰ ਸੰਤਾ ਸਿੰਘ। ਸਰਦਾਰ ਸੰਤਾ ਸਿੰਘ, ਉਹ ਕਿੰਨੀ ਕੁ ਦੇਰ ਹੋਈ ਉਹਨਾਂ ਨੂੰ ਫੋਤ ਹੋਇਆ? ਉਹ 92 'ਚ ਹੋ ਗਏ, 1992 'ਚ। ਕਿੰਨੀ ਕੁ ਉਮਰ ਸੀ ਉਸ ਵੇਲੇ ਉਹਨਾਂ ਦੀ, ਅੰਦਾਜ਼ਾ? ਉਹਨਾਂ ਦੀ ਉਮਰ 80 ਦੇ ਨੇੜੇ, 80 ਦੇ ਨੇੜੇ ਸੀ। ਅੱਛਾ, ਅਤੇ ਉਹ ਜਦੋਂ ਇੱਥੋਂ ਗਏ ਉਹ ਕੋਈ 80 ਅਤੇ 92 ਅਤੇ ਇਹ 55, ਕੋਈ 30 ਦੇ ਨੇੜੇ ਹੋਣੇ ਨੇ, 30-35 ਦੇ ਨੇੜੇ ਜਦੋਂ ਇੱਧਰੋਂ ਗਏ ਹੋਣੇ ਨੇ। ਅੱਛਾ, ਉਹਨਾਂ ਦੇ ਅੰਦਰ ਕਿੰਨੀ ਕੁ ਤਾਂਘ ਸੀ ਮਤਲਬ ਆਪਣੇ ਪਿਛਲੇ ਪਿੰਡ ਨੂੰ ਵੇਖਣ ਦੀ ਜਾਂ ਫਿਰ ਸਾਰਾ? ਤਾਂਘ ਸੀ ਤਾਂ ਉਦੋਂ ਨਾ ਕੁਛ ਇਹ ਸੀ ਵੀ ਸਾਨੂੰ ਉੱਧਰ ਕਿਸੇ ਜਾਣ ਨਹੀਂ ਦੇਣਾ। ਹੁਣ ਜਿਉਂ ਜਿਉਂ ਭਾਵੇਂ ਇਹਨਾਂ ਦੀ ਦੇਸ਼ਾਂ ਦੀ ਸਰਹੱਦ ਟਾਈਟ ਹੋਈ ਪਰ ਵਿਜੇ ਦੀ ਆਸਾਨੀ ਹੋ ਗਈ। ਹਾਂਜੀ, ਸਹੀ ਹੈ। ਅਤੇ ਲੇਕਿਨ ਕਿੰਨਾ ਕੁ ਯਾਦ ਕਰਦੇ ਸਨ, ਮੈਨੂੰ ਥੋੜ੍ਹਾ ਦੱਸ ਸਕਦੇ ਹੋ ਆਪਣੇ ਪਿਛਲੇ ਪਿੰਡ ਨੂੰ ਕਿੰਨਾ ਕੁ ਯਾਦ ਕਰਦੇ? ਕਰਦੇ ਸਾਡੇ ਦੇ ਬਜ਼ੁਰਗ ਇੱਥੋਂ ਦੇ ਆਵਾਮ ਹੀ ਜਿਹੜਾ ਸੀ, ਉਹਦੀ ਕੋਈ ਜਾਤੀ ਨਹੀਂ ਹੁੰਦੀ। ਹਾਂਜੀ, ਉਹਦੇ ਵਿੱਚ ਬੁੱਢੇ ਆਉਂਦੇ ਹਨ ਵੀ ਤੁਸੀਂ ਜਿੱਥੇ ਜਾਣਾ ਜਾਓ। ਹਾਂਜੀ, ਸਾਡਾ ਤਾਂ ਇਹੋ ਧਰਤੀ ਹੈ, ਇੱਥੇ ਤੁਸੀਂ ਫਿਰ ਫੁਰ ਕੇ ਆਉਣਾ। ਅਤੇ ਉਹਨਾਂ ਦਾ ਨਹੀਂ ਪਤਾ ਲੱਗਾ ਕਿਸੇ ਮਾਰ ਦਿੱਤਾ ਕੀ ਵਾਪਸ ਪਰਿਵਾਰ 'ਚ ਨਹੀਂ। ਅੱਛਾ, ਆਪਣੇ ਜਿਹੜਾ ਇੱਥੋਂ ਦਾ ਤੁਹਾਡਾ ਪਿੰਡ ਜਿਹੜਾ ਉਹਦੇ ਬਾਰੇ ਵੀ ਮੈਨੂੰ ਦੱਸ ਦਿਓ, ਕਿਹੜਾ ਪਿੰਡ ਹੋ ਜਿਹੜਾ ਤੁਹਾਡਾ ਇੱਥੇ ਪੁਰਖਾਂ ਦਾ ਪਿੰਡ ਸੀ? ਉਸ ਪਿੰਡ ਸੂਰਤਾਂ ਬਾਦ ਸੀ। ਸੂਰਤਾਂ ਬਾਦ ਸੀ, ਇਹਦੀ ਤਹਿਸੀਲ ਕਿਹੜੀ ਹੈ? ਜ਼ਿਲ੍ਹਾ ਗੁਜਰਾਲਾ ਸੀ, ਹੁਣ ਵੀ ਗੁਜਰਾਲਾ ਹੀ, ਹੁਣ ਤਹਿਸੀਲ ਨੌਸ਼ਹਿਰਾ ਵਿਰਕਾ ਹੈ। ਜ਼ਿਲ੍ਹਾ ਗੁਜਰਾਲ ਹੈ, ਤਹਿਸੀਲ ਨੌਸ਼ਹਿਰਾ ਵਿਰਕਾ ਹੈ, ਪਿੰਡ ਸੂਰਤਾਂਬਾਦ ਹੈ। ਇਹ ਗੁਜਰਾਲੇ ਤੋਂ ਮਤਲਬ ਲਿੰਗ ਦੇ ਪਾਸੇ ਪੈਂਦਾ, ਕੋਈ 35-40 ਦੀ ਰੇਂਜ 'ਚ ਹੈ ਵੇ, ਅਤੇ ਇਹ ਜਲਨ ਦੇ ਕੋਲ ਪਿੰਡ ਆਉਂਦਾ ਹੈ। ਹਾਂਜੀ, ਤੁਸੀਂ ਇਹ ਵੀਡੀਓ ਵੀ ਵੇਖੀ ਸੀ ਫਿਰ, ਉਹ ਜਿਹੜੀ ਹੈ ਬਣੀ ਸੀ ਤੁਹਾਡੇ ਪਿੰਡ ਦੀ, ਅਤੇ ਤੁਸੀਂ ਜਿਹਨੇ ਵੀਡੀਓ ਬਣਾਈ ਸੀ ਰਾਣਾ ਜਹਾਂ ਜ਼ੇਬ, ਉਹਨੂੰ ਕੋਈ ਸੁਨੇਹਾ ਦੇਣਾ ਚਾਹੋ ਤੇ? ਉਹਨੂੰ ਮੈਂ ਤੇ ਇੰਨਾ ਜੇ ਮੈਨੂੰ ਮਿਲਦਾ ਤੇ ਮੇਰਾ ਬੱਚਾ ਆਇਓ, ਹਾਂਜੀ, ਬੜਾ ਜੱਫੀ ਪਾ ਕੇ ਮਿਲਣਾ ਸੀ। ਹਾਂਜੀ, ਜਿਵੇਂ ਤੇਰੇ ਨਾਲ ਪਿਆਰ ਹੋਵੇ ਤੇ ਇੰਨਾ ਇੰਨੀ ਪਿਆਰ ਮੁਹੱਬਤ ਨਾਲ ਇੰਨੀ ਖਿੱਚ ਨਾਲ, ਇਸੇ ਤਰ੍ਹਾਂ ਜੇ ਸਾਡਾ ਸਰ ਦੋਵੇਂ ਆਵਾਮ ਇੰਨੀ ਖਿੱਚ ਰੱਖਣ ਤੇ ਸ਼ਾਇਦ ਆ ਸਾਡੀ ਜਿਹੜੀ ਹੱਥ ਦੇ ਮਿਟ ਜਾਵੇ। ਹਾਂਜੀ, ਅਸੀਂ ਇੱਕ ਹੋ ਜਾਈਏ। ਬਿਲਕੁਲ, ਨਹੀਂ ਉਹ ਬਹੁਤ ਜ਼ਿਆਦਾ ਮਤਲਬ ਹੈ ਜਿਹੜਾ ਵੀਡੀਓਜ਼ ਵਗੈਰਾ ਪਿੰਡਾਂ ਦੀਆਂ ਜਾ ਕਰਦਾ ਨਾ, ਉੱਧਰ ਤੇ ਜਿੰਨੇ ਹਰਿਆਣੇ ਦੇ ਲੋਕ ਜਿਹੜੇ ਨੇ ਜਿਹੜੇ ਇੱਧਰੋਂ ਗਏ ਹੋਏ ਨੇ, ਉਹ ਜਿਹੜੇ ਜਿਹੜੇ ਪਿੰਡ ਦੇ ਵੀ ਉੱਥੇ ਬਜ਼ੁਰਗ ਸਾਹਮਣੇ ਆਏ ਨੇ, ਹਜੇ ਤੱਕ ਉਹ ਸਾਰਿਆਂ ਦੇ ਪਿੰਡਾਂ 'ਚ ਜਾ ਕੇ ਉਹਨੇ ਇੰਟਰਵਿਊ ਕੀਤਾ ਹੈ, ਔਰ ਬਗੈਰ ਕਿਸੇ ਲਾਲਚ ਤੋਂ, ਬਗੈਰ ਕਿਸੇ ਮਤਲਬ ਕਿ ਜਿਹੜਾ ਪੈਸੇ ਦੇ ਰੁਪਏ ਸੇਵਾ ਕਰਦਾ ਨਾ। ਹਾਂ ਬਿਲਕੁਲ, ਉਹ ਆਉਂਦਾ ਕਿ ਮੈਨੂੰ ਜਿਹੜੀ ਦੁਆ ਮਿਲਦੀ ਹੈ ਮੇਰੇ ਸੇ ਹੀ ਸਭ ਕੁਛ ਹੈ। ਮੈਨੂੰ ਉਹਨੇ ਉਦੋਂ ਵੀ ਆਖਿਆ ਸੀ ਕਿ ਬਜ਼ੁਰਗਾਂ ਨੂੰ ਆਖੀ ਮੇਰੇ ਲਈ ਦੁਆ ਕਰਨ, ਬਸ ਦੁਆ ਕਰ। ਤੇ ਦੂਜਾ ਕਰਤਾਰਪੁਰ ਦਾ ਜਿਹੜਾ ਹੁਣ ਉਹ ਬਾਰਡਰ ਜਿਹੜਾ ਉੱਥੇ ਉਹ ਨੀ ਰੱਖੀਏ ਕੱਲ, ਇੰਨੀ ਖੁਸ਼ੀ ਕਰੀਏ ਮੇਰੀ ਆਈ ਉਹਦੇ ਵਿੱਚ, ਮੈਨੂੰ ਇੰਨਾ ਦਿਨ ਚੰਗਾ ਆਏ ਨੀ ਜਿਹੜਾ ਜਦੋਂ ਇਮਰਾਨ ਖਾਨ ਨੇ ਸਿੱਧੂ ਨੇ ਮਿਲ ਕੇ ਤੇ ਇੱਥੋਂ ਦੇ CM ਲਾਹੌਰ ਨੇ, ਹਾਂਜੀ ਹਾਂਜੀ, ਜਦੋਂ ਦਾ ਵਿਸ਼ਵਾਸ ਦਿੱਤਾ ਸਾਨੂੰ, ਹਾਂਜੀ, ਵੀ ਇਹ ਲਾਗਾ ਖੁੱਲ ਜਾਏਗਾ ਤੁਹਾਡਾ 4 ਮਹੀਨਿਆਂ ਦੇ ਵਿੱਚ ਬਗੈਰ ਵੀਜ਼ੇ ਤੋਂ, ਫਿਰ ਤੁਸੀਂ ਆ ਜਾ ਸਕਦੇ ਹੋ ਤੋਂ। ਤੇ ਇਹ ਤੇ ਸਾਡੇ ਕੋਲ, ਮੈਂ ਹੁਣ ਸ਼ਬਦਾਂ ਨਾਲ ਤੇ ਕੋਈ ਬਿਆਨ ਨਹੀਂ ਕਰ ਸਕਦਾ। ਨਹੀਂ ਵਾਕਈ ਜੀ, ਇਹ ਬੜੀ ਬੜੀ ਜ਼ਿਆਦਾ ਖੁਸ਼ੀ ਹੈ, ਐਡਾ ਵੱਡਾ ਕਦਮ 70 ਸਾਲ 'ਚ ਨਹੀਂ ਚੁੱਕੀਤਾ, ਹਾਂਜੀ, ਜਿਹੜਾ ਇਹਨਾਂ ਹੁਣ 3 ਮਹੀਨਿਆਂ 'ਚ ਚੁੱਕ ਲਿਆ। ਹਾਂਜੀ ਹਾਂਜੀ, ਬਿਲਕੁਲ। ਅੱਛਾ, ਤੇ ਤੁਹਾਨੂੰ ਦੋਵਾਂ ਪੰਜਾਬਾਂ ਦੇ ਵਿੱਚ 47 ਤੋਂ ਪਹਿਲਾਂ ਇਹ ਇਲਾਕਾ ਜਿਹੜਾ ਬੜਾ ਫਾਰਵਰਡ ਸੀ ਸਾਡਾ ਜਿਹੜਾ ਲਹਿੰਦਾ ਪੰਜਾਬ ਹੈ, ਤੇ ਦੋਵਾਂ ਪੰਜਾਬਾਂ ਦੇ ਵਿੱਚ ਕੋਈ ਤੁਹਾਨੂੰ ਕੋਈ ਵੱਖਰਾ ਵੱਖਰੀ ਸ਼ੈ ਕੋਈ ਦਿੱਸੀ ਹੋਏ ਕਿ ਇਹ ਫਰਕ ਹੈ, ਇਹ ਇਹਨਾਂ 'ਚ ਵਿੱਥ ਹੈ, ਕੋਈ ਦਿੱਸੀ ਹੋਏ ਰਹਿਣ ਸਹਿਣ ਦੇ ਵਿੱਚ, ਚੱਲਣ ਫਿਰਨ ਦੇ ਵਿੱਚ? ਰਹਿਣ ਸਹਿਣ ਦੇ ਵਿੱਚ ਤੇ ਫਰਕ ਨਹੀਂ ਕੋਈ ਵੀ ਆਇਆ। ਹਾਂਜੀ, ਤੇ ਜਿਹੜੀ ਆ ਭਾਸ਼ਾ ਸਾਡੀ ਬੋਲੀ ਹੈ, ਹਾਂਜੀ, ਇਹਦੇ ਪੰਜਾਬੀ ਦੀਆਂ 12 ਬੋਲੀਆਂ, ਪੰਜਾਬੀ ਦੀ 12 ਭਾਸ਼ਾਵਾਂ ਨੇ ਸਾਡੀਆਂ ਜ਼ਿਲ੍ਹਿਆਂ ਜ਼ਿਲ੍ਹਿਆਂ ਦੋ ਤਿੰਨ ਜ਼ਿਲ੍ਹਿਆਂ 'ਚ ਅੱਗੇ ਜਾ ਕੇ ਹੋਰ ਆ ਜਾਂਦੇ। ਬਿਲਕੁਲ, ਅਸੀਂ ਉਹਨਾਂ ਚੀਜ਼ ਦੇ ਇੱਕ ਦੇ ਨਾਂ ਹੀ ਹੋਰ ਰੱਖ ਲੈਂਦੇ ਹਾਂ। ਜੀ ਜੀ, ਜਿਵੇਂ ਹੁਣ ਲੇਡੀਜ਼ ਜਨਾਨੀਆਂ ਨੇ, ਹਾਂਜੀ,
ਇੱਕ ਕੁਛ ਸਾਡੇ ਪੰਜਾਬ ਵਿੱਚ ਉਧਰਲੇ ਚ ਜੀ ਜੀ ਇਹਨੂੰ ਤੀਵੀਂ ਆਂਦੇ ਨੇ ਤੀ ਹਾਂ ਤੀ ਬੇਟੀ ਨੂੰ ਤੀ ਆਂਦੇ ਨੇ ਹਾਂ ਨਹੀਂ ਤੀਵੀਂ ਬੜੀਆਂ ਫਿਰ ਡੰਡੇ ਨੂੰ ਅਸੀਂ ਕੁਛ ਡੰਡਾ ਆਉਂਦੇ ਡੰਡੇ ਦਾ ਪਤਾ ਹੈ ਨਾ ਹਾਂ ਡੰਡਾ ਕਿਸੇ ਨੂੰ ਕੋਈ ਉੱਥੇ ਟੰਬਾ ਆਉਂਦੇ ਨੀ ਹਾਂਜੀ ਇਹਨੂੰ ਟੰਬਾ ਹਾਂਜੀ ਡੰਡੇ ਨੂੰ ਟੰਬਾ ਆਉਂਦੇ ਹਾਂਜੀ ਇਵੇਂ ਸਾਡੀ ਭਾਸ਼ਾਵਾਂ ਚ ਅੰਦਰ ਸਾਡੀ ਆਤਮਾ ਜਿਹੜੀ ਇੱਕ ਪਿਆਰ ਮੁਹੱਬਤ ਇੱਕ ਬੋਲੀ ਚ ਥੋੜਾ ਥੋੜਾ ਫਰਕ ਆ ਜਾਂਦਾ। ਅੱਛਾ ਤੁਸੀਂ ਆਖਰੀ ਹੈ ਕਿ ਤੁਸੀਂ ਕੋਈ ਦੋਵਾਂ ਮੁਲਕਾਂ ਦੇ ਆਵਾਮ ਨੂੰ ਕੋਈ ਪੈਗਾਮ ਦੇਣਾ ਚਾਹੋ ਤੇ ਇਹ ਪੈਗਾਮ ਦੇਣਾ ਵਾ ਵੀ ਆ ਤੁਸੀਂ ਵੱਡੇ ਵੱਡੇ ਆਗੂਆਂ ਨੂੰ ਵੀ ਮਤ ਅੱਲਾਹ ਤਾਲਾ ਦੇਵੇ ਉੱਧਰ ਵਾਹਿਗੁਰੂ ਦੇਵੇ ਇਹ ਸਾਡੀ ਆ ਜਿਹੜੀ ਲਕੀਰ ਜੀ ਇਹਨੂੰ ਥੋੜਾ ਜਿਹਾ ਕਮਜ਼ੋਰ ਕਰ ਦੇਣ ਅਸੀਂ ਜਾਣ ਹੁਣ ਆਸਾਨੀ ਹੋ ਜਾਏ ਉਹ ਉੱਧਰ ਜਾਣ ਤੇ ਅਸੀਂ ਇੱਧਰ ਆਈਏ ਉਹਨਾਂ ਦੇ ਸਥਾਨਾਂ ਦੇ ਉੱਧਰ ਦਰਸ਼ਨ ਕਰਨੇ ਇੱਧਰ ਕਰੀਏ। ਬਿਲਕੁਲ ਸਹੀ ਹੈ ਜੀ। ਦੂਜਾ ਜਿਹੜਾ ਸਾਡਾ ਕਿਸਾਨੀ ਕਿੱਤਾ ਹੈ ਸਾਡਾ ਜੀ ਖਾਣ ਵਾਲੇ ਨੂੰ ਜੇ ਹੋ ਸਕਦਾ ਇੱਥੇ ਸਬਜ਼ੀ ਕੋਈ ਮਹਿੰਗੀ ਹੋਵੇ ਤੇ ਉੱਧਰੋਂ ਲਿਆ ਕੇ ਇੱਥੇ ਇਹ ਖਾਣ ਹਾਂਜੀ ਇੱਥੇ ਕੋਈ ਸ਼ੈ ਉੱਧਰ ਮਹਿੰਗੀ ਹੈ ਉਹ ਇੱਧਰੋਂ ਲਿਜਾ ਕੇ ਖਾਣ ਵਪਾਰ ਵੀ ਵਧੇ ਦਿਲ ਮੁਹੱਬਤ ਜ਼ਿਆਦਾ ਤੋਂ ਜ਼ਿਆਦਾ ਨੇੜੇ ਹੋ ਗਈ। ਸਹੀ ਠੀਕ ਸਹੀ ਤੁਹਾਡਾ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਔਰ ਮੈਂ ਦੁਆ ਕਰਨਾ ਕਿ ਤੁਸੀਂ ਵਾਰ ਵਾਰ ਪਰਤ ਕੇ ਇੱਥੇ ਤੁਹਾਨੂੰ ਹਰ ਸਾਲ ਦੋ ਵਾਰਾਂ ਵਿਸਾਖੀ ਤੇ ਫਿਰ ਗੁਰਪੁਰਬ ਤੇ ਤੁਹਾਨੂੰ ਅੱਲਾ ਇੱਥੇ ਉਹਨਾਂ ਦੀ ਤੌਫੀਕ ਅਤਾ ਫਰਮਾਏ। ਮੇਰਾ ਤਾਂ ਜੀ ਕਰਦੇ ਰਹਿੰਦਾ ਜੇ ਕਿਰਨ ਕਿਰੇ ਜਾਣ ਤੇ ਉਹਦਾ ਹੁਕਮ ਤੋਂ ਬਿਨਾ ਜਾ ਨਹੀਂ ਸਕਦਾ। ਨਹੀਂ ਹੁਣ ਤੁਸੀਂ ਕਰਤਾਰਪੁਰ ਆ ਜਾਇਆ ਕਰਿਆ ਜੀ ਆ ਜਾਇਆ ਕਰੋ ਹਾਂਜੀ।